ਇਹਨਾਂ ਨੂੰ ਕਾਸੇ ਦਾ ਨਹੀਂ ਪਤਾ, ਅਕਲ ਇਹਨਾਂ ਨੂੰ ਹੈ ਨਹੀਂ, ਸਿਆਸੀ ਸੂਝ ਹੈ ਨਹੀਂ। ਕਹਿੰਦੇ ਪੈਸਾ ਕਾਗ ਬਨੇਰੇ ਦਾ, ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ। ਇਹ ਤਾਂ ਚਿੜੀਆਂ ਵਾਲਾ ਕੰਮ ਇਹਨਾਂ ਦਾ, ਚਿੜੀ ਦਾ ਦਿਲ ਬਹੁਤ ਛੋਟਾ ਹੁੰਦਾ ਨਾ, ਉਹ ਇੱਕ ਬਨੇਰੇ ਤੇ ਬਿੱਠ ਕਰਦੀ ਹੈ, ਅਗਲਾ ਕਹਿੰਦਾ ਬੈਠੀ ਸੀ ਕੀ ਕੀਤਾ, ਉਹ ਫਿਰ ਦੂਜੇ ਥਾਂ 'ਤੇ। ਇਹਨੇ ਪੰਜਾਬ ਵਿਧਾਨ ਸਭਾ ਨੂੰ, ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੇ ਮੁੱਦਿਆਂ ਨੂੰ ਕਮੇਡੀ ਸ਼ੋਅ ਬਣਾਤਾ। ਕਿਸੇ ਵੀ ਮਸਲੇ 'ਤੇ ਨਹੀਂ ਇਹ ਖੜਦਾ ਜੀ, ਕਹਿੰਦਾ ਵੜਕ ਮਾਰਦਾ, ਕਹਿੰਦਾ ਢੱਠਾ, ਕਹਿੰਦਾ ਮੋਕ ਮਾਰਦਾ, ਕਹਿੰਦਾ ਬਾਣੀਆਂ ਦਾ ਛੱਡਿਆ ਹੋਇਆ। ਉਹ ਹਾਲ ਹੈ ਇਹਦਾ ਹਰ ਇੱਕ ਗੱਲ 'ਤੇ। ਜਿਵੇਂ ਲੋਕ ਪੀ ਟੀ ਸੀ ਨੂੰ ਸੁਣਨੋਂ ਹਟ ਗਏ ਸੀ ਕਿਸੇ ਵੇਲੇ, ਜਾਂ ਹੁਣ ਗੋਦੀ ਮੀਡੀਆ ਨੂੰ ਸੁਣਨੇ ਹਟ ਗਏ ਵੀ ਇਹ ਤਾਂ ਜਦ ਝੂਠ ਬੋਲਦੇ ਨੇ, ਹੁਣ ਇਹਨਾਂ ਦਾ ਪ੍ਰਚਾਰ ਵੀ ਲੋਕ ਸੁਣਨੋਂ ਹਟ ਗਏ। ਪੰਜਾਬ ਦੀ ਸਿਆਸਤ ਦੇ ਵਿੱਚ 1 ਨਵੰਬਰ ਦੇ ਦਿਨ 'ਤੇ ਜੋ ਸਿਆਸੀ ਘਮਾਸਾਨ ਪੰਜਾਬ ਦੇ ਵਿੱਚ ਪੈਦਾ ਹੋਣਾ ਹੈ, ਉਸ ਨੂੰ ਲੈ ਕੇ ਚਰਚਾਵਾਂ ਨੇ, ਫਿਜ਼ਾਵਾਂ ਦੇ ਵਿੱਚ ਚਰਚਾਵਾਂ ਨੇ ਕਿ ਆਖਿਰਕਾਰ ਕੌਣ ਪਹੁੰਚੇਗਾ ਕੌਣ ਨਹੀਂ, ਅਤੇ ਇਸੇ ਦੇ ਵਿਚਕਾਰ ਭਗਵੰਤ ਮਾਨ ਹੋਣਾ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਆ ਜਾਂਦਾ ਹੈ ਅਤੇ ਉਹ ਕਹਿੰਦੇ ਨੇ ਕਿ 12 ਵਜੇ ਦਾ ਸਮਾਂ ਰੱਖਾਂਗੇ ਇਸ ਡਿਬੇਟ ਦੇ ਵਿੱਚ। ਜਿਹੜਾ ਨਾਮ ਜਿਹੜਾ ਇਸ ਡਿਬੇਟ ਦਾ ਰੱਖਿਆ ਗਿਆ ਉਹ ਰੱਖਿਆ ਮੈਂ ਪੰਜਾਬ ਬੋਲਦਾ ਹਾਂ, ਅਤੇ ਅੰਤ ਦੇ ਵਿੱਚ ਲਿਖਿਆ ਪੰਜਾਬ ਜਵਾਬ ਮੰਗਦਾ। ਗੱਲਬਾਤ ਕਰਾਂਗੇ, ਸਾਡੇ ਨਾਲ ਮਾਲਵਿੰਦਰ ਮਾਲੀ ਜੀ ਮੌਜੂਦ ਨੇ। ਮਾਲੀ ਸਾਹਿਬ, ਡਿਬੇਟ ਦੀ ਬਹੁਤ ਚਰਚਾ ਹੋ ਰਹੀ ਸੀ ਅਤੇ ਆਖਿਰਕਾਰ ਅੱਜ ਟਾਈਮ ਵੀ ਰੱਖ ਦਿੱਤਾ, ਕਹਿੰਦੇ ਥਾਂ ਵੀ ਦੇ ਦਿੱਤੀ ਟਾਈਮ ਵੀ ਦੇ ਦਿੱਤਾ, ਅਤੇ ਕੌਣ ਸੰਚਾਲਨ ਕਰੂ ਇਹ ਵੀ ਦੱਸਦਾ ਨਹੀਂ। ਅਸਲ ਦੇ ਵਿੱਚ ਜਦੋਂ ਇਹਨੇ ਬਹਿਸ ਦਾ ਸੱਦਾ ਹੀ ਦਿੱਤਾ ਨਾ ਜੀ, ਉਸ ਤੋਂ ਹੀ ਇਹ ਗੱਲ ਸਪਸ਼ਟ ਹੋ ਰਹੀ ਸੀ ਵੀ ਇਹ ਸੰਵਾਦ ਨਹੀਂ ਰਚਾਉਣਾ ਚਾਹੁੰਦਾ, ਕਿਉਂਕਿ ਇਹਨੇ ਕਹੀ ਇਹ ਸੀ ਵੀ ਆਹ ਲੈ ਕੇ ਆਇਓ, ਆਹ ਲੈ ਕੇ ਆਇਓ, ਆਹ ਲੈ ਕੇ ਆਇਓ, ਮੈਂ ਤੁਹਾਡੇ ਕੱਪੜੇ ਲਾਹੂੰ, ਮੈਨੂੰ ਕੋਈ ਤੱਥ ਦੀ ਲੋੜ ਨਹੀਂ, ਮੇਰੇ ਕੋਲ ਮੂੰਹ ਜ਼ਬਾਨੀ ਸਭ ਕੁਛ ਜ਼ਿਆਦਾ। ਪਹਿਲੀ ਗੱਲ, ਜੇ ਐਡਾ ਆਮ ਆਦਮੀ ਪਾਰਟੀ ਦੀ ਪਾਣੀਆਂ ਬਾਰੇ ਪੰਜਾਬ ਦੇ ਕੀ ਪੋਜੀਸ਼ਨ ਅੱਜ ਤੱਕ ਤਾਂ ਇਹ ਨਹੀਂ ਦੱਸ ਸਕੇ। ਇਹ ਨਵੀਂ ਪਾਰਟੀ ਬਣੀ ਆ, ਪਿੱਛੇ ਜੋ ਕੁਛ ਹੋਇਆ ਉਹਦੇ ਵਿੱਚ ਇਹਨਾਂ ਦਾ ਕੋਈ ਹੱਥ ਨਹੀਂ ਕਹਿ ਸਕਦੇ ਆਪਾਂ, ਪਰ ਪੰਜਾਬ ਵਿਧਾਨ ਸਭਾ ਨੇ ਇੱਕ ਤਾਂ ਕਾਨੂੰਨ ਪਾਸ ਕੀਤਾ, ਪਾਣੀਆਂ ਦੇ ਸਮਝੌਤੇ ਰੱਦ ਕੀਤੇ, ਉਹਦੇ ਵਿੱਚ ਸਾਫ਼ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਮਾਲਕ ਪੰਜਾਬ ਆ, ਇਸ ਕਰਕੇ ਅਸੀਂ ਕੋਈ ਸਮਝੌਤਾ ਜਿਹੜਾ ਅਸੀਂ ਰੱਦ ਕਰਦੇ ਹਾਂ। ਪਰ ਇੱਕ ਉਹਨਾਂ ਨੇ ਧਾਰਾ ਜੋੜੀ ਸੀ 5 ਕਿ ਜਿਹੜਾ ਦੂਜੇ ਰਾਜਾਂ ਨੂੰ ਪਾਣੀ ਜਾਂਦਾ ਉਹਨੂੰ ਅਸੀਂ ਰੋਕਾਂਗੇ ਨਹੀਂ, ਇਹਦੇ ਬਾਰੇ ਰੌਲਾ ਸੀ। ਬਾਦਲ ਸਾਹਿਬ ਨੇ ਜਦੋਂ 7 'ਚ ਉਹਨਾਂ ਦੀ ਸਰਕਾਰ ਆਈ ਆ, ਉਹਨਾਂ ਨੇ ਅਨੰਦਪੁਰ ਸਾਹਿਬ ਇਹ ਐਲਾਨ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਈ ਅਸੀਂ ਇਹਨੂੰ ਧਾਰਾ ਨੂੰ ਰੱਦ ਕਰਾਂਗੇ, ਕਿਸੇ ਨੇ ਨਹੀਂ ਉਹਨੂੰ ਛੇੜਿਆ। ਫਿਰ ਜਦੋਂ ਅਮਰਿੰਦਰ ਦੀ ਸਰਕਾਰ ਆਈ, ਉਸ ਵੇਲੇ ਬੈਂਸ ਭਰਾਵਾਂ ਨੇ ਇੱਕ ਸਵਾਲ ਉਠਾਇਆ, ਜਦੋਂ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ, ਸਾਡਾ ਕਾਨੂੰਨ ਬਣਿਆ ਹੋਇਆ, ਹਾਲੇ ਵੀ ਉਹ ਕਾਨੂੰਨ ਹੈਗਾ, ਉਹ ਕਿਸੇ ਨੇ ਰੱਦ ਨਹੀਂ ਕੀਤਾ। ਸੁਪਰੀਮ ਕੋਰਟ ਨੇ ਚਾਹੇ ਐਂ ਕਿਹਾ ਵੀ ਇਹ ਬਣਾਉਣਾ ਨਹੀਂ ਚਾਹੀਦਾ ਸੀ ਜਾਂ ਬਣਾ ਨਹੀਂ ਸਕਦੇ, ਪਰ ਉਹ ਰੱਦ ਉਸ ਰੂਪ 'ਚ ਨਹੀਂ ਕੀਤਾ। ਇਹ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲਣ ਲਈ ਦੂਜੇ ਰਾਜਾਂ ਨਾਲ ਲੋੜੀਂਦੀ ਕਾਰਵਾਈ ਕਰੇ, ਕੱਖ ਨਹੀਂ ਕੀਤਾ। ਅਗਲੀ ਵਾਰ ਫਿਰ ਜਦੋਂ ਅਮਰਿੰਦਰ ਦੀ ਸਰਕਾਰ ਸੀ, ਇਸੇ ਤਰਜ਼ 'ਤੇ ਫਿਰ ਮਤਾ ਪਾਸ ਹੋਇਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸਹਿਮਤ ਸੀ, ਇਹੀ ਮਤਾ ਫਿਰ ਪਾਸ ਕੀਤਾ, ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ, ਦੂਜੇ ਰਾਜਾਂ ਤੋਂ ਕੀਮਤ ਵਸੂਲਣ ਲਈ ਯਤਨ ਕਰਨਾ ਚਾਹੀਦਾ। ਜਿਹੜੀਆਂ ਬਹੁਤ ਗਲਤੀਆਂ ਕਰਕੇ ਜੋ ਪੰਜਾਬ ਇੱਕ ਸਹੀ ਲਾਈਨ 'ਤੇ ਪਹੁੰਚਿਆ, ਤੁਸੀਂ ਉਸੇ ਲਾਈਨ ਨੂੰ ਅੱਗੇ ਕਿਉਂ ਨਹੀਂ ਤੋਰਦੇ ਜੀ? ਤੁਸੀਂ ਮੁੜ ਕੇ ਘਚੋਲਾ ਕਿਉਂ ਪਾਉਣਾ ਚਾਹੁੰਦੇ ਹੋ? ਕੀ ਫਿਰ ਤੁਸੀਂ ਉਹਦੇ ਮੁੱਦੇ ਕੀ ਨੇ, ਬਹਿਸ ਦੇ ਮੁੱਦੇ ਕੀ ਨੇ ਕਿ ਬਾਦਲ ਨੇ ਜਿਹੜਾ ਹੋਟਲ ਬਣਾਇਆ ਸੀ ਜੀ ਉਹ ਕਿਵੇਂ ਬਣਾਇਆ, ਫਿਰ ਕਿਵੇਂ ਰੱਦ ਹੋਇਆ, ਫਿਰ ਕਿਵੇਂ ਬਣਾਇਆ, ਜਾਂ ਹੋਰ ਜਿਹੜੀਆਂ ਗੱਲਾਂ ਨੇ। ਇਹ ਪੰਜਾਬ ਨੇ ਇਹਨਾਂ ਦਾ ਜਵਾਬ ਦੇ ਤਾ,
ਸਿਆਸੀ ਪਾਰਟੀਆਂ ਨੇ ਜੋ ਗਲਤੀਆਂ ਕੀਤੀਆਂ ਸੀ ਉਹਨਾਂ ਨੇ ਖੁਰਚ ਕੇ ਰੱਖਤੀਆਂ। ਇਹ ਗਰੰਟੀ ਵਾਲੀ ਪਾਰਟੀ ਆ ਗਈ, ਇਹਦੀ ਆਪਣੀ ਤਾਂ ਕਿਸੇ ਮਸਲੇ ਬਾਰੇ ਕੋਈ ਪੋਜੀਸ਼ਨ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਆ ਵੀ ਪੰਜਾਬ ਨੂੰ ਕਿਸੇ ਮੁੱਦੇ 'ਤੇ ਇਨਸਾਫ਼ ਨਹੀਂ ਦੇਣਾ ਅਤੇ ਪੰਜਾਬ ਦੇ ਸਿਆਸਤਦਾਨ ਵੀ ਮੁੱਦਿਆਂ 'ਤੇ ਇਨਸਾਫ਼ ਦੀ ਸਿਆਸਤ ਨਹੀਂ ਕਰਦੇ, ਵੋਟਾਂ ਦੀ ਸਿਆਸਤ ਕਰਨ ਲੱਗ ਜਾਂਦੇ ਨੇ। ਸੋ ਇਹ ਜਿਹੜਾ SOIL ਦਾ ਮਸਲਾ ਇਹ ਹੋਣੀ ਓ ਨਹੀਂ, ਇਹ ਨਹਿਰ ਨਾ ਬਣੇ ਨਾ ਇਹ 'ਚ ਪਾਣੀ ਜਾਵੇ, ਇਹਨੂੰ ਇੱਕ ਵੋਟਾਂ ਦਾ ਸਾਧਨ ਬਣਾ ਲਿਆ। ਹੁਣ ਆ 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ, ਇੱਦੂ ਬਾਅਦ ਲੋਕ ਸਭਾ ਦੀ ਚੋਣ ਹੋਣੀ ਆ। ਜਿਹੜੀ ਕੇਂਦਰ ਦੀ ਨੀਤੀ ਆ ਝੋਲਾ ਪਾਓ ਨੀਤੀ ਪੰਜਾਬ 'ਚ, ਇਹ ਉਸ ਨੀਤੀ ਦਾ ਡੋਰੂ ਖੜਕਾ ਰਿਹਾ ਭਗਵੰਤ ਮਾਨ, ਉਦੋਂ ਬਾਅਦ ਕੁਛ ਨਹੀਂ ਕਰ ਰਿਹਾ। ਡਿਬੇਟ ਦਾ ਨਾਮ ਰੱਖਿਆ, ਕਹਿੰਦੇ ਮੈਂ ਪੰਜਾਬ ਬੋਲਦਾ ਅਤੇ ਅੰਤ 'ਚ ਲਿਖਤਾ ਕਹਿੰਦੇ ਪੰਜਾਬ ਜਵਾਬ ਮੰਗਦਾ, ਲੱਗਦਾ ਕਿ ਉੱਥੇ ਪੰਜਾਬ ਬੋਲੇਗਾ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ? ਨਹੀਂ, ਇਹ ਕਿਹੜੀ ਗੱਲ 'ਤੇ ਪੰਜਾਬ ਬਾਰੇ ਬੋਲਿਆ ਜੀ, ਪੰਜਾਬ ਦੇ ਕਿਹੜੇ ਹੱਕਾਂ ਬਾਰੇ ਇਹਨੇ ਗੱਲ ਕੀਤੀ ਆ? ਇਹਨਾਂ ਦੇ ਮੰਤਰੀ ਤਾਂ ਜਿਹੜੀ ਜੈਪੁਰ ਹੋਈ ਸੀ ਅੰਤਰਰਾਜੀ ਸੰਮੇਲਨ, ਉੱਥੇ ਮੰਨ ਕੇ ਆਇਆ ਵੀ ਟਰਮੀਨਲ ਬਣਾਓ ਜੀ ਨਵਾਂ। ਟਰਮੀਨਲ ਤਾਂ ਇਹ ਪੰਜਾਬ ਵਿਧਾਨ ਸਭਾ ਦੇ ਫੈਸਲੇ ਦੀ ਉਲਟਾ, ਪਾਣੀਆਂ ਦੀ ਮਾਲਕੀ ਦੇ ਹੱਕ ਦੇ ਉਲਟਾ। ਫਿਰ ਉਸੇ ਮੀਟਿੰਗ 'ਚ ਫੈਸਲਾ ਹੋਇਆ ਵੀ ਚੰਡੀਗੜ੍ਹ 'ਚ ਹਰਿਆਣੇ ਨੂੰ ਜ਼ਮੀਨ ਦੇਣੀ ਹੈ ਰਾਜਧਾਨੀ ਆਪਣੀ ਬਣਾਉਣ ਖਾਤਰ, ਹਾਈ ਕੋਰਟ ਅਤੇ ਵਿਧਾਨ ਸਭਾ ਬਣਾਉਣ ਖਾਤਰ। ਇਹਨੇ ਕਿਹਾ ਤਾਂ ਸਾਨੂੰ ਵੀ ਦਿਓ ਵੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਪਹਿਲਾਂ ਹੀ ਤੂੰ ਮਾਲਕੀ ਦਾ ਹੱਕ ਛੱਡ ਰਿਹਾ। ਯਾਨੀ ਕਿਸੇ ਮੁੱਦੇ 'ਤੇ ਪੂਰਾ ਤਾਂ ਉਤਰੇ ਨਾ ਜੀ। ਹੁਣ ਇੱਕ ਚੋਣ, ਇੱਕ ਮੁਲਕ ਇੱਕ ਕੌਮ 'ਤੇ ਇੱਕ ਚੋਣ ਦੀ ਗੱਲ ਆਈ, ਉਹਦੇ ਬਾਰੇ ਨਹੀਂ ਬੋਲੇ, ਜ਼ਬਾਨ ਨਹੀਂ ਖੋਲ੍ਹੀ। ਕਹਿੰਦੇ ਇਦੋਂ ਪਹਿਲਾਂ ਇੱਕ ਸਿੱਖਿਆ ਨੀਤੀ ਇੱਕ ਸਿਹਤ ਨੀਤੀ ਚਾਹੀਦੀ ਆ, ਇਹ ਤਾਂ ਇੱਕ ਕੌਮ ਇੱਕ ਚੋਣ ਤੋਂ ਵੀ ਅਗਲੀ ਗੱਲ ਆ। ਜਦੋਂ ਕਿ ਸਿੱਖਿਆ ਰਾਜਾਂ ਦਾ ਅਧਿਕਾਰ ਸੀ ਉਹ ਖੋਹਿਆ 76 'ਚ, ਉਸੇ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਨਾ ਜੀ। ਮਤਲਬ 3 ਸਟੇਟਾਂ ਨੇ ਇਹ ਜਿਹੜੀ ਕੌਮੀ ਨੀਤੀ 2021-20 ਦੀ ਇਹਨਾਂ ਨੇ ਬਣਾਈ ਆ ਉਹ ਰੱਦ ਕਰਤੀ, ਤਾਮਿਲਨਾਡੂ ਨੇ, ਕਰਨਾਟਕਾ ਨੇ ਅਤੇ ਕੇਰਲ ਨੇ। ਇਹ ਸਿੱਖਿਆ ਨੀਤੀ ਬਾਰੇ ਗੱਲ ਨਹੀਂ ਕਰਦਾ। ਸਿੱਖਿਆ ਨੀਤੀ ਜਦੋਂ ਇਹ ਲਾਗੂ ਹੋਈ ਇਹਨੇ ਸਿੱਖਿਆ ਤੰਤਰ ਦਾ ਰਾਜਾਂ ਦੀਆਂ ਚੂਲਾਂ ਹਿਲਾ ਦੇਣੀਆਂ ਨੇ, ਅਤੇ ਇਹ ਇੱਕ ਸਕੂਲ ਐਮੀਨੈਂਸ ਕਰਕੇ ਅਤੇ ਉਹਦਾ ਡੋਰੂ ਖੜਕਾ ਰਿਹਾ, ਸਿੱਖਿਆ ਦੀ ਕ੍ਰਾਂਤੀ ਆ ਗਈ ਜੀ। 300 ਅਧਿਆਪਕ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਨੀਤੀ ਨੂੰ ਲੰਘ ਕੇ ਜਿਹੜੇ ਸਕੂਲ ਚੁਣੇ ਨੇ ਉਹਨਾਂ 'ਚ ਨਿਯੁਕਤ ਕਰਤੇ, ਜਿਹੜੇ ਸਕੂਲਾਂ ਤੋਂ ਲਿਆਂਦੇ ਨੇ ਉੱਥੇ ਕਿਸੇ ਦੀ ਕੋਈ ਨਿਯੁਕਤੀ ਨਹੀਂ ਹੋਈ। ਸੋ ਕਿਸੇ ਵੀ ਮਸਲੇ ਬਾਰੇ ਤੁਸੀਂ ਜੇ ਤੁਸੀਂ ਗੱਲ ਕਰ ਲਓ ਇਹ ਖਰੂ ਪਾਊ ਭੜਕਾਊ ਅੰਸਰ ਆ, ਅਤੇ ਉਹੀ ਚੁਟਕਲੇਬਾਜ਼ੀ ਕਰ ਰਿਹਾ। ਜਿਹੜਾ ਇਹਦਾ ਅਸਲ ਕਿੱਤਾ ਸੀ ਇਹਨੇ ਵਿਧਾਨ ਸਭਾ ਨੂੰ ਇੱਕ ਚੁਟਕਲਾ ਬਣਾਤਾ। ਜਿਹੜਾ ਅੱਜ ਇਹ ਕਹਿੰਦਾ ਉੱਥੇ ਆ ਕੇ ਬਹਿਸ ਕਰੋ, ਖੁੱਲ੍ਹਾ ਸੱਦਾ ਜੀ, ਹਜ਼ਾਰਾਂ ਲੋਕ ਗੱਲ ਕਰਨਗੇ। ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਕਿਉਂ ਭੱਜਿਆ ਇਹ? ਉੱਥੇ ਸਵਾਲ ਵੀ ਉਠਾਏ ਸੀ, SOIL ਦਾ ਵੀ ਸਵਾਲ ਉਠਾਇਆ ਸੀ ਵਿਰੋਧੀ ਧਿਰ ਦੇ ਨੇਤਾ ਨੇ, ਬਰਗਾੜੀ ਦਾ ਵੀ ਸਵਾਲ ਉਠਾਇਆ ਸੀ, ਕੰਵਰ ਵਿਜੇ ਪ੍ਰਤਾਪ ਵਾਲਾ ਸਵਾਲ ਵੀ ਉਠਾਇਆ ਸੀ। ਅਤੇ ਇਹ ਜੇ ਇਹਨਾਂ ਨੇ ਬਿੱਲ ਪਾਸ ਨਹੀਂ ਕਰਨੇ ਸੀ ਮੰਨ ਲਓ, ਤਾਂ ਇਹਨਾਂ ਮੁੱਦਿਆਂ 'ਤੇ ਉੱਥੇ ਸਭ ਤੋਂ ਵਧੀਆ ਬਹਿਸ ਹੋਣੀ ਸੀ, ਨਾਲੇ ਸਪੀਕਰ ਨੇ ਕਨੈਕਟ ਕਰਨੀ ਸੀ। ਹੁਣ ਕਹਿੰਦਾ ਸਾਰਿਆਂ ਨੂੰ ਬਰਾਬਰ ਦਾ ਟਾਈਮ ਦਿੰਦਾ, ਉੱਥੇ ਵੀ ਸਾਰੀਆਂ ਪਾਰਟੀਆਂ ਨੂੰ ਬਰਾਬਰ ਦਾ ਟਾਈਮ ਦਿੰਦਾ, ਉੱਥੇ ਵਿਧਾਇਕਾਂ ਦੀ ਗਿਣਤੀ ਅਨੁਸਾਰ ਟਾਈਮ ਮਿਲਦਾ ਨਾ, ਇਹਨਾਂ ਨੂੰ 92 ਦੇ ਹਿਸਾਬ ਨਾਲ ਮਿਲਦਾ, ਕਿਸੇ ਨੂੰ 3 ਦੇ ਹਿਸਾਬ ਨਾਲ, ਕਿਸੇ ਨੂੰ 20 ਦੇ ਹਿਸਾਬ ਨਾਲ ਮਿਲਦਾ। ਉਹ ਜਿਹੜਾ ਸਭ ਤੋਂ ਉੱਤਮ ਸਦਨ ਆ, ਜਿਹਦਾ ਇਤਿਹਾਸਕ ਰਿਕਾਰਡ ਆ, ਜਿਹਨੂੰ ਅਸੀਂ ਪਵਿੱਤਰ ਸਦਨ ਕਹਿੰਦੇ ਹਾਂ, ਉਹਨੂੰ ਛੱਡ ਕੇ ਕਿਉਂ ਭੱਜਿਆ ਜੀ? ਪਹਿਲਾਂ ਸਪੀਕਰ ਨੇ ਰੂਲਿੰਗ ਦੇ ਦਿੱਤੀ, ਪੁੱਛਿਆ ਗਿਆ ਵੀ ਇਹ ਲੀਗਲ ਆ ਕਿ ਇਨਲੀਗਲ ਆ, ਸਪੀਕਰ ਕਹਿੰਦਾ ਲੀਗਲ ਆ। ਇਹਨੇ ਉਹਦੀ ਰੂਲਿੰਗ ਉਲੰਘ ਕੇ ਉੱਥੇ ਕਹਿਤਾ ਵੀ ਇਹਨੂੰ ਸੈਨੀਟਾਈਜ਼ ਕਰੋ ਜੀ, ਖਤਮ ਕਰੋ। ਸੋ ਇਸ ਕਰਕੇ ਇਹਨੇ ਪੰਜਾਬ ਵਿਧਾਨ ਸਭਾ ਨੂੰ, ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੇ ਮੁੱਦਿਆਂ ਨੂੰ ਕਮੇਡੀ ਸ਼ੋਅ ਬਣਾਤਾ। ਕਮੇਡੀ ਸ਼ੋਅ ਦੇ ਵਿੱਚ ਇਹ ਮਾਹਰਾ, ਮਤਲਬ ਤਾੜੀਆਂ ਖੱਟਣ ਦਾ, ਹੋਰ ਸਾਰੇ ਕਿਸੇ ਦਾ। ਹੁਣ ਮੈਂ ਕਹਿੰਦਾ ਚੰਡੀਗੜ੍ਹ ਯੂਨੀਵਰਸਿਟੀ 'ਚ ਇੱਕ ਹੋ ਰਿਹਾ ਸਮਾਗਮ, ਕੋਈ ਸੀਰੀਅਸਨੈਸ ਦਾ ਤਾਂ ਪਤਾ ਲੱਗਦਾ ਨਾ ਵੀ ਉੱਥੇ ਪਾਣੀਆਂ ਬਾਰੇ ਸੋਚਿਆ ਜਾ ਰਿਹਾ, ਵਿਚਾਰਿਆ ਜਾ ਰਿਹਾ। ਸੋ ਇਸ ਕਰਕੇ ਜਿਵੇਂ ਅਰਦਾਸ ਸੀ
ਨਸ਼ਿਆਂ ਨੂੰ ਕਹਿੰਦੇ ਸੀ 4 ਮਹੀਨਿਆਂ 'ਚ ਖਤਮ ਕਰ ਦਾਂਗੇ, ਫਿਰ 1.5 ਸਾਲ ਬਾਅਦ ਕਹਿੰਦਾ ਸਾਲ ਹੋਰ ਦਿਓ, 15 ਅਗਸਤ ਤੱਕ ਆਹ ਕੁਛ ਹੋ ਜੂ। ਜਦੋਂ ਮੁੜ ਕੇ ਹਾਈ ਕੋਰਟ ਨੇ ਝਾੜ ਪਾਈ ਵੀ ਤੁਸੀਂ ਤਾਂ ਰਲੇ ਹੋਏ ਹੋ, ਤੁਹਾਡੀ ਪੁਲਿਸ ਸਰਕਾਰ ਗ੍ਰਹਿ ਮੰਤ ਸਕੱਤਰ ਨੂੰ ਅਤੇ DGP ਨੂੰ ਝਾੜ ਪਾਈ ਵੀ ਫਟ ਫਟ ਜੇਲ੍ਹਾਂ 'ਚ ਸਿੱਟੀ ਜਾਂਦੇ, ਮੁਕੱਦਮਿਆਂ ਦੀ ਪੈਰਵੀ ਨਹੀਂ ਕਰਦੇ। ਜਦੋਂ ਇਹ ਰੌਲਾ ਪੈ ਗਿਆ ਫਿਰ ਮੁੜ ਕੇ ਅਰਦਾਸ ਵਾਲਾ ਡਰਾਮਾ ਸ਼ੁਰੂ ਕਰ ਲਿਆ। ਇੱਕ ਮਤਲਬ ਤੁਸੀਂ ਸਾਰੇ ਇਹਦਾ ਜਿਹੜਾ ਸਾਰਾ ਚੱਲਣਾ ਤੁਸੀਂ ਦੇਖੋ ਨਾ ਜੀ। ਮਤਲਬ ਚਲੋ ਹੜ ਆਏ ਨੇ, 5 ਦਿਨ ਪਹਿਲਾਂ ਲਹਿਰੇ ਗਾਗੇ ਜਾ ਕੇ ਬੜਕਾ ਮਾਰਦਾ ਸੀ, ਕਹਿੰਦਾ ਪਿਛਲੀ ਵਾਰ ਘੱਗਰ ਦਾ ਤੋਕਾ ਬਾਹਰ ਨਹੀਂ ਨਿਕਲੇ ਸੀ ਪਾਣੀ ਦਾ, ਐਤਕੀ ਵੀ ਨਹੀਂ ਨਿਕਲਣਾ। ਇੱਛਾ ਸ਼ਕਤੀ ਚਾਹੀਦੀ ਆ, ਕਹਿੰਦਾ ਇੱਛਾ ਸ਼ਕਤੀ ਚਾਹੀਦੀ ਆ। ਮੁੜ ਕੇ ਫਿਰ ਕਿਵੇਂ ਫੋਟੋਆਂ ਖਿਚਾਉਂਦਾ ਫਿਰਦਾ ਸੀ, ਆਪਦੇ ਬੰਦਿਆਂ ਨੂੰ ਕਿਸ਼ਤੀਆਂ 'ਚੋਂ ਕੱਢਦਾ ਫਿਰਦਾ ਸੀ। ਇਹਨਾਂ ਦਾ ਮਤਲਬ ਇਹ ਆ ਵੀ ਇਹੋ ਜਿਹਾ ਕੋਈ ਈਵੈਂਟ ਬਣਾਓ, ਉਹਦੀ ਵੀਡੀਓ ਬਣਾਓ, ਫੋਟੋ ਖਿੱਚੋ ਅਤੇ ਫਿਰ ਇਸ਼ਤਿਹਾਰ ਲਾਓ। ਸਾਰਾ ਪੰਜਾਬ ਅੱਜ ਭਗਵੰਤ ਮਾਨ ਦੀਆਂ ਫੋਟੋਆਂ ਨਾਲ ਭਰਿਆ ਪਿਆ, ਜਿੱਥੇ ਮਰਜ਼ੀ ਤੁਸੀਂ ਦੇਖ ਲਓ ਸਾਰੇ ਮੁਲਕ ਦੇ ਇਸ਼ਤਿਹਾਰ ਭਰੇ ਪਏ ਨੇ। ਆਹ ਹੁਣ ਇੱਕ ਨਵੀਂ ਨੀਤੀ ਕਰਨ ਲਈ ਤੁਹਾਡੇ ਵਰਗਿਆਂ ਨੂੰ ਫਾਉਣ ਲਈ, ਇਨਫਲੈਂਸਰ ਜਿਹਦੇ 10 ਲੱਖ ਉਹ ਨੇ ਉਹਨੂੰ 1,00,000 ਦਿੱਤੇ ਜਾਣਗੇ ਜੇ ਸਾਡੀ ਮਤਲਬ ਜੋ ਵੀ ਇਹ ਪ੍ਰਚਾਰ ਕਰਨਗੇ, ਜਿਹੜਾ ਉਹ ਪ੍ਰਚਾਰੂ ਸੋਸ਼ਲ ਮੀਡੀਆ 'ਤੇ ਉਹਨਾਂ ਖਜ਼ਾਨਾ ਉਹਨਾਂ ਖਾਤਰ ਵੀ ਮੂੰਹ, ਕਿਉਂਕਿ ਇਹਨਾਂ ਦੀ ਗੱਲ ਦੇ ਜਿਵੇਂ ਲੋਕ PTC ਨੂੰ ਸੁਣਨੋਂ ਹਟ ਗਏ ਸੀ ਕਿਸੇ ਵੇਲੇ, ਜਾਂ ਹੁਣ ਗੋਦੀ ਮੀਡੀਆ ਨੂੰ ਸੁਣਨੇ ਹਟ ਗਏ ਵੀ ਇਹ ਤਾਂ ਜਰ ਝੂਠ ਬੋਲਦੇ ਨੇ, ਹੁਣ ਇਹਨਾਂ ਦਾ ਪ੍ਰਚਾਰ ਵੀ ਲੋਕ ਸੁਣਨੋਂ ਹਟ ਗਏ। ਹੁਣ ਇਹ ਕਹਿੰਦੇ ਮੀਡੀਆ ਨੂੰ ਫਾਉਣਾ, ਇਨਫਲੈਂਸਰ ਆ ਜਿਹੜੇ ਉਹ ਸਰਕਾਰ ਦੀਆਂ ਨੀਤੀਆਂ ਦਾ ਮਹਿਮ ਚਲਾਇਆ ਕਰੂ, ਇੱਕ ਹਫ਼ਤੇ ਲਈ ਇੱਕ ਮੁੱਦਾ ਦੇਣਗੇ, ਉਹ 'ਤੇ ਬਾਹਵਾਂ ਕਰਾਓ ਸੋਸ਼ਲ ਮੀਡੀਆ 'ਤੇ, ਉਹਨਾਂ ਨੂੰ ਪੈਸੇ ਦਿੱਤੇ ਜਾਣਗੇ। ਸੋ ਇਸ ਕਰਕੇ ਇਹ 'ਚੋਂ ਕੁਛ ਕੱਢਣ ਪਾਉਣ ਨੂੰ ਹੈ ਨਹੀਂ, ਇਹ ਇੱਕ ਨਵਾਂ ਨਾਟਕ ਅਤੇ ਡਰਾਮਾ ਸਾਬਤ ਹੋਣਾ। ਮਾਲੀ ਸਾਹਿਬ, ਚਰਚਾਵਾਂ ਨੇ ਜਿੰਨੇ ਕੁ ਸਾਡੇ ਸੋਰਸਿਸ ਵਾਲੇ ਜੋ ਖਬਰ ਮਿਲਦੀ ਹੈ, ਗੱਲਬਾਤ ਹੁੰਦੀ ਹੈ, ਕਹਿੰਦੇ ਕਿ ਹਰ ਜ਼ਿਲ੍ਹੇ 'ਚੋਂ 100 ਬੰਦਾ ਜਿਹੜਾ ਕਿਹਾ ਜਾ ਰਿਹਾ ਕਿ ਉਹ ਆਏਗਾ, ਜਿਹੜਾ ਖਾਸ ਤੌਰ 'ਤੇ ਇਸ ਪਾਰਟੀ ਦੇ ਨਾਲ ਸੰਬੰਧਿਤ ਹੋਏਗਾ, ਅਤੇ ਉੱਥੇ ਵੱਡਾ ਇਕੱਠ ਵਿਖਾਉਣ ਦੀ ਕੋਸ਼ਿਸ਼ ਵੀ ਹੋਏਗੀ। ਲੱਗਦਾ ਕਿ ਸੰਵਾਦ ਹੋਏਗਾ ਜਾਂ ਇੱਕ ਰੈਲੀ ਦਾ ਰੂਪ ਹੋਣ? ਨਹੀਂ, ਮੇਰੇ ਹਿਸਾਬ ਨਾਲ ਤਾਂ ਨਾਟਕ ਆ, ਰੈਲੀ ਆ, ਹੋਰ ਇਹਦਾ ਮਤਲਬ ਇਹ ਨਹੀਂ ਕੋਈ। ਕਹਿੰਦਾ ਪੰਜਾਬ ਜਵਾਬ ਮੰਗਦਾ, ਕੀ ਤੋਂ ਪੰਜਾਬ ਜਵਾਬ ਮੰਗਦਾ? ਦਿੱਲੀ ਤੋਂ ਮੰਗੇ ਨਾ ਜਵਾਬ, ਫੈਸਲੇ ਜੋ ਪੰਜਾਬ ਜਿਹੜਾ ਪੰਜਾਬੀ ਸੂਬਾ ਬਣਾਉਣ ਦੀ ਤਾਂ ਵੰਡਿਆ, ਕੇਂਦਰ ਸਰਕਾਰ ਨੇ ਵੰਡਿਆ ਨਾ ਜੀ, ਪਾਣੀਆਂ ਦੇ ਟ੍ਰਿਬਿਊਨਲ ਉਹਨਾਂ ਨੇ ਬਣਾਏ। ਹਾਂ ਠੀਕ ਆ, ਪੰਜਾਬ ਵਾਲਿਆਂ ਨੇ ਲੜਾਈ ਨਹੀਂ ਦਿੱਤੀ ਜਾਂ ਸਹਿਮਤੀ ਪ੍ਰਗਟ ਕਰਤੀ, ਮੁੜ ਕੇ ਸੁਧਰੇ ਜਦੋਂ ਕਹਿੰਦੇ ਆ ਵੀ ਪਾਣੀ ਲੰਘ ਗਿਆ ਸਿਰ ਤੋਂ ਦੀ, ਫਿਰ ਆਹ ਪੋਜੀਸ਼ਨਾਂ ਲਈਆਂ ਜਿਹੜੀਆਂ ਮੈਂ ਦੁਹਰਾਈਆਂ ਨੇ। ਦਿੱਲੀ ਤੋਂ ਜਵਾਬ ਲਏ ਨਾ, ਫਿਰ ਦਿੱਲੀ ਤੋਂ ਜਵਾਬ ਕਿਉਂ ਨਹੀਂ ਮੰਗਦਾ? ਜਿਹੜੀ ਦਿੱਲੀ ਦੀ ਨੀਤੀ ਆ ਘਚੋਲਾ ਪਾਊ, ਉਹ ਤੂੰ ਇੱਥੇ ਪੰਜਾਬ 'ਚ ਪੈਦਾ ਕਰ ਰਿਹਾ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਬੰਦੇ ਲਿਜਾ ਸਕਦੇ ਆ। ਦੇਖੋ ਸਰਕਾਰਾਂ ਨੇ, ਤੁਹਾਨੂੰ ਪਤੀ ਆ, ਮਤਲਬ ਹਜ਼ਾਰਾਂ ਦਾ ਵੀ ਇਕੱਠ ਉੱਥੇ ਹੋ ਸਕਦਾ, ਮਤਲਬ ਇਹ 'ਚ ਕੋਈ ਦੋ ਰਾਵਾਂ ਨਹੀਂ, ਪਰ ਜਿੱਥੇ ਬਹਿਸਾਂ ਹੋਣੀਆਂ ਨੇ ਆਲ ਪਾਰਟੀ ਮੀਟਿੰਗ ਸੱਦ, ਮਤਲਬ ਤੂੰ ਵਿਧਾਨ ਸਭਾ ਦਾ ਸੈਸ਼ਨ ਇਹਨਾਂ ਮੁੱਦਿਆਂ 'ਤੇ ਸੱਦ ਲਓ ਦੁਬਾਰੇ। ਜੇ ਰਾਜਪਾਲ ਗਲਤ ਦਖਲ ਦਿੰਦਾ, ਬਿਲਕੁਲ ਗਲਤ ਦਖਲ ਦਿੰਦਾ, ਉਹ ਤਾਂ ਜੋ ਰੋਲ ਭਾਜਪਾ ਨੂੰ ਨਿਭਾਉਣਾ ਚਾਹੀਦਾ, ਗਵਰਨਰ ਦੀ ਥਾਂ ਭਾਜਪਾ ਵਾਲਾ ਰੋਲ ਨਿਭਾ ਰਿਹਾ ਚਿੱਠੀਆਂ, ਪਰ ਇਹ ਵੀ ਉਹਦਾ ਜਵਾਬ ਗਲਤ ਦਿੰਦੇ ਨੇ ਨਾ, ਫਸਦੇ ਨੇ ਆਪ। ਜਿਵੇਂ ਕਹਿੰਦੇ ਥੋਥਾ ਚਣਾ ਬਾਜੇ ਘਣਾ, ਉਹ ਇਹਦਾ ਹਾਲ ਆ, ਮਤਲਬ ਥਾਪੀ ਮਾਰਦਾ ਪੂਰੀ, ਕਦੇ ਕਹਿੰਦਾ ਲਵ ਲੈਟਰ ਲਿਖਤੇ ਜੀ, ਮੁੜ ਕੇ ਆਪ ਚਿੱਠੀ ਦੇਣ ਜਾਂਦਾ ਫੋਟੋ ਖਿਚਾਉਂਦਾ, ਫਿਰ ਕਹਿੰਦਾ ਸਾਡੇ ਮਸਲੇ ਉਠਾਓ ਜੀ ਕੇਂਦਰ ਦੇ ਕੋਲ, ਤੁਸੀਂ ਆਪ ਬੈਲ ਮੁਜੇ ਮਾਰ, ਆਪ ਦੀਆਂ ਤਾਂ ਗੱਲਾਂ ਕਰਦੇ ਹੋ, ਚਲੋ ਉਹਨਾਂ ਦੀ ਤਾਂ ਨੀਤੀ ਹੈਗੀ ਉਹ ਹੈਗੀ ਆ। ਸੋ ਇਸ ਕਰਕੇ ਨਵਿਆਂ ਦੀ ਸਰਕਾਰ ਆ ਜਿਹੜੀ, ਜਿਹੜੇ ਕਹਿੰਦਾ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਦੀ ਸਰਕਾਰ ਦਾ ਮਤਲਬ ਇਹ ਆ ਜਿਹਨੂੰ ਸੂਝ ਆ, ਜਿਹਨੂੰ ਸਮਰੱਥਾ। ਇਹਨਾਂ ਨੇ 92 ਨੇ ਸਾਬਤ ਕਰਤਾ ਵੀ ਆਹ ਤਜਰਬਾ ਜਿਹੜਾ ਜੀਤਾ ਪੰਚਰ ਵਾਲਾ ਬਣੂੰਗਾ ਜੀ MLA, ਫਲਾਨਾ ਉਹ ਬਣੂੰਗਾ MLA, ਅਤੇ ਪੰਜਾਬ ਦੀ ਕਿਸਮਤ ਬਾਰੇ ਕੌਣ ਸੋਚੂ, ਮੁੱਦਿਆਂ ਬਾਰੇ ਕੌਣ ਵਿਚਾਰੂ, ਫੈਸਲੇ ਕੌਣ ਲਊ? ਕਿਸੇ ਵੀ ਮਸਲੇ 'ਤੇ ਨਹੀਂ ਇਹ ਖੜਦਾ ਜੀ, ਕਹਿੰਦਾ ਬੜਕ ਮਾਰਦਾ, ਕਹਿੰਦਾ ਢੱਠਾ, ਕਹਿੰਦਾ ਮੋਕ ਮਾਰਦਾ, ਕਹਿੰਦਾ ਬਾਣੀਆਂ ਦਾ ਛੱਡਿਆ ਹੋਇਆ, ਉਹ ਹਾਲ ਹੈ ਇਹਦਾ ਹਰ ਇੱਕ ਗਲਤ। ਸੋ ਇਸ ਕਰਕੇ ਟਾਈਮ ਪਾਸ ਕਰਨ ਵਾਲੀਆਂ ਗੱਲਾਂ ਕਰਦਾ,
ਪੰਜਾਬ ਨੂੰ ਇੱਕ ਵਰਤਾਂਤ ਦੀ ਲੋੜ ਆ, ਮੁੱਦਿਆਂ ਦੀ ਸਿਆਸਤ ਦੀ ਲੋੜ ਆ, ਉਹਨਾਂ ਦਾ ਹੱਲ ਕਰਨ ਦੀ ਲੋੜ ਆ। ਅੱਜ ਤੱਕ ਇਹਨੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ, ਇੱਕ ਗਰੰਟੀ ਨਹੀਂ ਪੂਰੀ ਕੀਤੀ। ਬਿਜਲੀ ਵਾਲੀ ਆਪਾਂ ਕਹਿ ਦਿੰਦੇ 300 ਯੂਨਿਟ ਦੇਤੀ, ਪਰ ਕਿਵੇਂ ਦਿੱਤੀ ਆ? ਸਾਰੇ ਥਰਮਲਾਂ ਤੋਂ ਅਸੀਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਆ, ਬਿਨਾਂ ਬਿਜਲੀ ਵਰਤੇ ਜਿਵੇਂ ਪਹਿਲਾਂ ਪੈਸੇ ਦਿੱਤੇ ਜਾ ਰਹੇ ਸੀ, ਹੁਣ ਉਹਨੂੰ ਉਹ ਦਿੱਤੇ ਜਾਣਗੇ। ਅਤੇ ਕਹਿੰਦਾ ਇਹ ਸੀ, ਇਕੱਲਾ ਇਕੱਲਾ ਸ਼ਬਦ ਪੜ੍ਹਾ ਲਿਆ, ਇਹਨਾਂ ਨੇ ਨਹੀਂ ਰੱਦ ਕਰਨੇ ਕਿਉਂਕਿ ਕਾਰਪੋਰੇਟਾਂ ਨਾਲ ਰਲੇ ਹੋਏ ਨੇ। ਸਾਡੀ ਸਰਕਾਰ ਆਈ, ਬਿਜਲੀ ਸਮਝੌਤੇ ਮੁੜ ਵਿਚਾਰਾਂਗੇ, ਸਸਤੀ ਬਿਜਲੀ ਕਰਾਂਗੇ, ਅਤੇ ਜਿਹੜੇ ਆ ਬਿਨਾਂ ਬਿਜਲੀ ਵਰਤੇ ਪੈਸੇ ਦਿੰਦੇ ਆ ਇਹ ਬੰਦ ਕਰਾਂਗੇ। ਉੱਧਰ ਨੂੰ ਕਰੇ ਮੂੰਹ, ਹੁਣ ਨੱਕ ਕਰੇ ਨਾ ਉੱਧਰ ਨੂੰ, ਕਿਉਂਕਿ ਉਹੀ ਅਫਸਰ ਜਿਹੜੇ ਸਮਝੌਤੇ ਕਰਨ ਵਾਲੇ ਸੀ ਉਹ ਹੁਣ ਤੱਕ ਇਹਦੇ ਨਾਲ ਰਿਹਾ, ਹੁਣ ਤਾਂ ਸ਼ਾਇਦ ਉਹ ਰਿਟਾਇਰ ਵੀ ਹੋ ਗਏ। ਸੋ ਇਸ ਕਰਕੇ ਅਫਸਰਸ਼ਾਹੀ ਨੇ ਇਹਨਾਂ ਦੀ ਘੰਡੀ ਦੱਬ ਲਈ, ਨਾ ਇਹ ਆਪ ਪੜ੍ਹਦੇ ਨੇ, ਨਾ ਉਹ ਡਾਕਟਰ ਗਰਗ ਦਾ ਕਹਾਣਾ ਕਹਿੰਦੇ, ਸਲਾਹ ਨਾ ਇਹ ਕਿਸੇ ਤੋਂ ਲੈਂਦੇ ਨੇ, ਨਾ ਕਿਸੇ ਦੀ ਸੁਣਦੇ ਨੇ, ਮੰਨਣਾ ਤਾਂ ਦੂਰ ਦੀ ਗੱਲ ਆ। ਅਫਸਰ ਨੇ ਜਿਵੇਂ ਘੁੱਗੀ ਮਰਵਾ ਲੈਂਦੇ ਨੇ, ਤੁਸੀਂ ਦੇਖ ਲਓ, ਠੀਕ ਆ, ਸਿਆਸਤਦਾਨ ਨੂੰ ਫੜੀ ਜਾਂਦਾ, ਅੰਦਰ ਕਰੀ ਜਾਂਦਾ, ਉਹਨਾਂ ਦੀ ਜਵਾਨ ਤਾਂ ਹੋਈ ਜਾਂਦੀ ਆ, ਆਪਣਾ ਆਈ ਜੀ ਸੀ ਰਾਜਜੀਤ ਸਿੰਘ, ਤੁਸੀਂ ਉਹ ਆਈ ਜੀ ਉਹ ਨਹੀਂ ਫੜਿਆ ਗਿਆ, ਤੁਸੀਂ ਦੇਖ ਲਓ, ਮਤਲਬ ਸੁਪਰੀਮ ਕੋਰਟ ਤੋਂ ਜ਼ਮਾਨਤ ਲੈ ਗਿਆ। ਇੱਕ ਹੋਰ ਕਿਸੇ ਤੋਂ ਜ਼ਮਾਨਤ ਰੱਦ ਹੋਈ, ਵਿਜੀਲੈਂਸ ਕੋਲ ਪੇਸ਼ ਹੋਣ ਗਿਆ, ਖਬਰ ਮਿਲ ਗਈ ਵੀ ਤੇਰੀ ਹਾਈ ਕੋਰਟ ਨੇ ਜ਼ਮਾਨਤ ਰੱਦ ਕਰਤੀ, ਅਤੇ 2 ਮਿੰਟ 'ਚ ਮੁੜਿਆ ਆਇਆ ਅਤੇ ਮੁੜ ਕੇ ਗਈ ਨਹੀਂ ਵਿਜੀਲੈਂਸ ਕੋਲ। ਸੁਪਰੀਮ ਕੋਰਟ ਨੇ ਕਿਹਾ ਮਜੀਠੀਏ ਦੀ ਪੁਲਿਸ ਇੰਟੈਰੋਗੇਸ਼ਨ ਦੇ ਵਿੱਚ ਉਹ ਪੁੱਛਗਿੱਛ ਹੋਣੀ ਚਾਹੀਦੀ ਹੈ, ਰਿਮਾਂਡ ਹੀ ਨਹੀਂ ਲਿਆ, ਨਾ ਉਹਦਾ ਚਲਾਣ ਪੇਸ਼ ਕੀਤਾ। ਆਹ ਕਹਿੰਦੇ ਅਸੀਂ ਕੌਮਾਂਤਰੀ ਸਮਗਲਰ ਲੱਭ ਲਿਆ, ਕਿਹੜਾ ਖੈਰਾ, ਮਤਲਬ ਖੈਰੇ ਨੂੰ ਹੁਣ ਕੌਮਾਂਤਰੀ ਸਮਗਲਰ ਬਣਾਤਾ, ਅਤੇ ਇਹਦਾ ਕੇਸ ਦਾ ਹਾਲ ਕੀ ਹੋਣਾ, ਚਲੋ ਆਉਣ ਵਾਲੇ ਸਮੇਂ 'ਚ ਪਤਾ ਲੱਗਜੂ। ਪਰ ਇਹ ਵੀ ਇਹਨਾਂ ਦੀ ਅਕਲ ਦਾ ਜਲੂਸ ਕੱਢਦਾ ਵੀ ਜਿਹੜਾ ਕੌਮਾਂਤਰੀ ਸਮਗਲਰ ਆ, 2015 ਦਾ ਕੇਸ ਆ, ਤੁਸੀਂ ਉਹਨੂੰ ਟਿਕਟ ਦਿੱਤੀ, ਤੁਸੀਂ ਵਿਰੋਧੀ ਧਿਰ ਦਾ ਲੀਡਰ ਬਣਾਇਆ, ਉਦੋਂ ਤੱਕ ਤੁਹਾਡੀ ਅਕਲ ਕਿੱਥੇ ਸੀ? ਜੇ ਇਹਨਾਂ ਦੀ ਗੱਲ ਸੱਚ ਵੀ ਮੰਨ ਲਈਏ, ਇਹਦਾ ਮਤਲਬ ਇਹਨਾਂ ਨੂੰ ਕਾਸੇ ਦਾ ਨਹੀਂ ਪਤਾ, ਅਕਲ ਇਹਨਾਂ ਨੂੰ ਹੈ ਨਹੀਂ, ਸਿਆਸੀ ਸੂਝ ਹੈ ਨਹੀਂ, ਤੰਤਰ ਬਾਰੇ ਕਿਵੇਂ ਚਲਾਉਣਾ ਉਹ ਨਹੀਂ ਹੈ। ਉਹ ਇਸ ਹਾਲਤ ਦੇ ਵਿੱਚ ਟਾਈਮ ਪਾਸ ਕਰਨ ਵਾਲੀ ਪੋਲੀਟਿਕਸ ਆ ਜਿਹੜੀ, ਉਹ ਮੈਂ ਤਾਂ ਉਹ ਕਹਿੰਦਾ ਹੁੰਦਾ, ਉਹ ਜਿਵੇਂ ਕਹਿੰਦੇ ਪੈਸਾ ਕਾਗ ਬਨੇਰੇ ਦਾ, ਕਦੇ ਇਸ ਬਨੇਰੇ 'ਤੇ, ਕਦੇ ਉਸ ਬਨੇਰੇ 'ਤੇ, ਇਹ ਤਾਂ ਚਿੜੀਆਂ ਵਾਲਾ ਕੰਮ ਹੈ ਇਹਨਾਂ ਦਾ। ਚਿੜੀ ਦਾ ਦਿਲ ਬਹੁਤ ਛੋਟਾ ਹੁੰਦਾ ਨਾ, ਉਹ ਇੱਕ ਬਨੇਰੇ 'ਤੇ ਬਿੱਠ ਕਰਦੀ, ਅਗਲਾ ਕਹਿੰਦਾ ਬੈਠੀ ਸੀ ਕੀ ਕੀਤਾ, ਉਹ ਫੁਰ ਦੂਜੇ ਥਾਂ 'ਤੇ, ਫਿਰ ਫੁਰ ਦੂਜੇ। ਇਸ ਕਰਕੇ ਤਾਂ ਇਸ ਤਰ੍ਹਾਂ ਦੇ ਛੜੱਪੇ ਮਾਰ ਕੇ ਟਾਈਮ ਪਾਸ ਕਰ ਰਿਹਾ। ਆਹ ਹੁਣ ਉਹ ਕੁੜੀ ਨੇ ਜਿਹਨੇ ਖੁਦਕੁਸ਼ੀ ਕੀਤੀ ਆ, ਕਿੱਡਾ ਗੰਭੀਰ ਮਸਲਾ, ਚੁੱਪ ਹੈ ਜੀ, ਕੁਛ ਨਹੀਂ ਆਇਆ। ਤੁਹਾਡੇ ਕੈਨੇਡਾ ਦੇ ਸਮੁੱਚੇ ਨਾਗਰਿਕਾਂ 'ਤੇ ਪਾਬੰਦੀ ਲਾਤੀ, ਉਹਦੇ ਬਾਰੇ ਚੁੱਪ। ਕਮਰ ਵਿਜੇ ਪ੍ਰਤਾਪ ਸਿੰਘ ਨੇ ਐਡਾ ਵੱਡਾ ਦੋਸ਼ ਲਾਇਆ, ਉਹਦੇ ਬਾਰੇ ਚੁੱਪ। ਮਤਲਬ ਇਹ ਇਹ ਹਾਲ ਆ ਜਿਹੜਾ ਸਰਕਾਰ ਦਾ, ਉਹ ਬਹੁਤ ਨਿਰਾਸ਼ਾਜਨਕ ਆ। ਚਲੋ ਆਉਣ ਵਾਲੇ ਸਮੇਂ 'ਚ ਲੋਕ ਜਿਵੇਂ ਲੋਕਾਂ ਨੇ ਹੋਰਾਂ ਨੂੰ ਸਬਕ ਸਿਖਾਇਆ, ਇਹਨਾਂ ਨੂੰ ਸਬਕ ਸਿਖਾ ਦੇਣਗੇ। ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ। ਸੋ ਇਹ ਜ਼ਰੂਰ ਹੈ ਕਿ ਜਿਸ ਹਿਸਾਬ ਦੇ ਨਾਲ ਇਹ ਡਿਬੇਟ ਦਾ ਰੌਲਾ ਇਸ ਡਿਬੇਟ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਹੈ, 1 ਨਵੰਬਰ ਸਾਫ਼ ਕਰ ਦੇਗੀ। ਪਰ ਜੇਕਰ ਜਿਸ ਹਿਸਾਬ ਦੇ ਨਾਲ ਤਿਆਰੀਆਂ ਉੱਥੇ ਹੋ ਰਹੀਆਂ ਨੇ, ਜੇ ਰੈਲੀ ਨੂੰ ਮਾ ਰੂਪ ਦੇਣ ਦੀ ਤਿਆਰੀ ਹੋ ਰਹੀ ਹੈ, ਇਹ ਸਾਫ਼ ਹੈ ਕਿ ਉੱਥੇ ਸਿਆਸੀ ਬਿਆਨਬਾਜ਼ੀ ਤੋਂ ਇਲਾਵਾ ਪੰਜਾਬ ਦੇ ਲਈ ਕੋਈ ਬਹੁਤਾ ਕੁਝ ਨਿਕਲ ਕੇ ਸਾਹਮਣੇ ਨਹੀਂ ਆਉਣਾ।